ਬਾਤ ਆਨੰਦ ਕਿਆ ਬਾਤ ਹੈ ਕਿੰਨਾ ਰਿਲੈਕਸ ਹੋ ਕੇ ਇਸ ਮੁੰਡੇ ਨੇ ਗੀਤ ਗਾਇਆ ਤੇ ਰੋਸ਼ਨ ਭਾਜੀ ਤਾਂ ਆਪਣੀ ਕੁਰਸੀ ਤੋਂ ਖੜੇ ਹੋ ਗਏ ਵੈਰੀ ਗੁੱਡ ਮੁੰਡਿਆ ਹੈ ਲੈ ਫਿਰ ਹੁਣ ਆਪਾਂ ਜੱਜਿਸ ਦੀ ਕਚਹਿਰੀ ਦੇ ਵਿੱਚ ਪਹੁੰਚਦੇ ਹਾਂ ਤੇ ਸ਼ੁਰੂਆਤ ਆਪਾਂ ਫਿਰ ਰੋਸ਼ਨ ਭਾਜੀ ਤੋਂ ਹੀ ਕਰਦੇ ਹਾਂ ਭਾਜੀ ਕਿਸ ਤਰ੍ਹਾਂ ਦੀ ਲੱਗੀ ਗਾਇਕੀ ਆਨੰਦ ਹਾਂਜੀ ਸਰ ਆਨੰਦ ਆ ਗਿਆ ਯਾਰ ਆਨੰਦ ਠੀਕ ਹੈ ਪਰਮਾਤਮਾ ਦੀ ਮਿਹਰ ਹੈ ਇਸ ਬੱਚੇ ਦੇ ਉੱਤੇ ਕੁਦਰਤ ਕਿਸੇ ਕਿਸੇ ਤੇ ਮਿਹਰਬਾਨ ਹੁੰਦੀ ਹੈ ਤੇਰੀ ਤੂੰ ਹਮੇਸ਼ਾ ਇਹਦਾ ਹੱਸਦਾ ਚਿਹਰਾ ਭਾਅ ਜੀ ਮੈਂ ਵੇਖਿਆ ਜਿੰਨੀ ਵਾਰੀ ਵੀ ਮੈਂ ਹੁਣ ਮਿਲਿਆ ਆਲਵੇਜ਼ ਇੱਦਾਂ ਹੀ ਮੁਸਕਰਾਉਂਦੇ ਰਹਿਣਾ ਹੱਸਦੇ ਰਹਿਣਾ ਪਰ ਇਹਦੀ ਆਵਾਜ਼ ਦੇ ਵਿੱਚ ਇੱਕ ਦਰਦ ਵੀ ਹੈ ਔਰ ਉਹ ਮਹਿਸੂਸ ਕੀਤਾ ਜਾ ਸਕਦਾ ਜਿਉਂਦੇ ਵਸਦੇ ਰਹੋ ਪਰਮਾਤਮਾ ਤੈਨੂੰ ਰਾਜ਼ੀ ਰੱਖੇ ਹਮੇਸ਼ਾ ਕੰਟ ਕਲੀਅਰ ਜੀ ਹਾਂਜੀ ਨੰਦ ਜੀ ਸਤਿ ਸ਼੍ਰੀ ਅਕਾਲ ਜੀ ਬੇਟਾ ਤੇਰੀ ਆਵਾਜ਼ ਦੇ ਵਿੱਚ ਨਾ ਬੜੀ ਕਸ਼ਿਸ਼ ਹੈ ਮੰਤਰ ਮੁਗਧ ਕਰਨ ਵਾਲੀ ਆਵਾਜ਼ ਹੈ ਕਹਿੰਦੇ ਆਵਾਜ਼ ਉਹਨੂੰ ਮਿਲਦੀ ਆ ਜਿਹਨੇ ਕੋਈ ਪਿਛਲੇ ਜਨਮ ਦੇ ਵਿੱਚ ਮੋਤੀ ਪੁੰਨ ਕੀਤੇ ਹੋਣ ਮੈਨੂੰ ਲੱਗਦੇ ਵੀ ਤੂੰ ਮੋਤੀ ਪੁੰਨ ਕੀਤੇ ਆ ਤੇਰੀ ਆਵਾਜ਼ ਇੰਨੀ ਸੁਰੀਲੀ ਹੈ ਇੰਨਾ ਠਹਿਰਾ ਆ ਬੰਦਾ ਖਿੱਚਿਆ ਚਲਾ ਜਾਂਦਾ ਖੁਸ਼ ਹੋ ਬੇਟਾ ਥੈਂਕ ਯੂ ਸੋ ਮਚ ਕੰਟ ਕਲੀਅਰ ਜੀ ਸਚਿਨ ਭਾਜੀ ਤਾਰੀਫਾਂ ਤਾਂ ਬਹੁਤ ਹੋ ਗਈਆਂ ਮੁੰਡੇ ਦੀਆਂ ਮੈਂ ਤਾਂ ਸਿਰਫ ਇੱਕੋ ਹੀ ਗੱਲ ਕਹਿਣੀ ਆ
ਕਿ ਇਹੋ ਜਿਹੇ ਬੱਚਿਆਂ ਲਈ ਮੇਰੇ ਕੋਲ ਤਾਂ ਇੱਕੋ ਚੀਜ਼ ਹੈ ਕਿ ਆ ਜਾ ਹੱਗੀ ਤੇਰੇ ਲਈ। ਕਿਆ ਬਾਤ ਹੈ ਜੀ। ਤੇ ਇਹ ਬਸ ਇਹ ਪਿਆਰ ਹੈ ਮੇਰਾ। ਹੋਰ ਵੀ ਫਿਰ ਨੰਦ ਹਮੇਸ਼ਾ ਹੱਸਦਾ ਰਹਿਣਾ। ਤੇ ਕਿੱਟੂ ਭਾਜੀ, ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗਾ, ਹਾਲੇ ਤਾਂ ਸਿਰਫ ਦੂਜਾ ਮਤਲਬ ਕੰਟੈਸਟੈਂਟ ਪਹੁੰਚਿਆ, ਦੂਜਾ ਸੁਰੀਲਾ ਬੱਚਾ ਪਹੁੰਚਿਆ, ਹਾਲੇ ਤਾਂ 22 ਬੱਚੇ ਪੈਂਡਿੰਗ ਨੇ, ਹੁਣੇ ਤੋਂ ਇਹੋ ਜਿਹੀ ਸ਼ੁਰੂਆਤ। ਸਾਹਿਲ ਤੁਸੀਂ ਅੱਗੇ ਅੱਗੇ ਦੇਖੋ ਅਜੇ ਹੁੰਦਾ ਕੀ ਹੈ। ਵੈਰੀ ਗੁੱਡ ਪੁੱਤਰ, ਬਹੁਤ ਅੱਛੇ, ਸ਼ਾਬਾਸ਼। ਥੈਂਕ ਯੂ ਸੋ ਮਚ, ਜ਼ੋਰਦਾਰ ਤਾੜੀਆਂ ਨਾਲ ਹੁੰਦਾ ਵਾਸਤੇ।